ਵੈਲਕਮ ਟੂ ਯੂ ਸਾਰੇ ਵੀਰਾਂ ਦਾ ਵੀਰੇ ਸਾਡੇ ਯੂਟਿਊਬ ਚੈਨਲ ਸੋਨੂੰ ਗੋਡ ਫਰਮ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਸਾਰੇ ਵੀਰਾਂ ਨੂੰ ਕਿ ਇਹ ਜੋ ਵੀਡੀਓ ਹੈ ਪੰਜਾਬ ਦੇ ਬਟਾਲਾ ਸ਼ਹਿਰ ਦੇ ਵਿੱਚ ਇੱਕ ਮੇਲਾ ਹੋਇਆ ਸੀ ਜੋ ਕਿ ਬੱਕਰੀਆਂ ਔਰ ਮੱਝਾਂ ਔਰ ਘੋੜੀਆਂ ਦੀ ਨੁਮਾਇਸ਼ ਹੋਈ ਸੀ ਵੀਰ ਜੀ। ਇਸ ਨੁਮਾਇਸ਼ ਦੇ ਵਿੱਚ ਵੀਰ ਜੀ ਦੁੱਧ ਚਵਾਈ ਔਰ ਸੁਨੱਖੇਪਣ ਦੇ ਵਿੱਚ ਪਸ਼ੂ ਕੰਪਟੀਸ਼ਨ ਦੇ ਵਿੱਚ ਕੱਢੇ ਗਏ ਸੀ ਵੀਰ ਜੀ। ਔਰ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਦੇ ਵਿੱਚ ਅਸੀਂ ਬੱਕਰਿਆਂ ਦਾ ਕੰਪਟੀਸ਼ਨ ਜਿਸ ਵਿੱਚ ਕਿ ਬਟਾਲੇ ਦੇ ਵਿੱਚ ਜੋ ਵੀ ਆਸ ਪਾਸ ਦੇ ਤਹਿਸੀਲਾਂ ਦੇ ਵਿੱਚ ਬਲਾਕਾਂ ਦੇ ਬੱਕਰੇ ਆਉਂਦੇ ਆ ਉਹ ਸਭ ਦੇ ਵਿੱਚ ਪਹੁੰਚੇ ਹੋਏ ਸੀ। ਔਰ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਵੀਰ ਬਣ ਕੇ ਸਬਸਕ੍ਰਾਈਬ ਕਰ ਦਿਉ ਔਰ ਲਾਈਕ ਵੀ ਕਰ ਦਿਉ ਔਰ ਸ਼ੇਅਰ ਕਰਨਾ ਵੀ ਭੁੱਲਿਓ ਨਾ ਵੀਰੇ, ਠੀਕ ਹੈ ਨਾ। ਔਰ ਵੀਡੀਓ ਐਂਡ ਤੱਕ ਦੇਖਣੀ ਆ। ਹੁਣ ਤੁਹਾਨੂੰ ਦਿਖਾਵਾਂਗੇ ਵੀਰੇ ਇਹ ਪਹਿਲਾਂ ਸਾਰੇ ਬੱਕਰੇ ਰਿੰਗ ਦੇ ਵਿੱਚ ਲੈ ਜਾਂਦੇ ਨੇ ਔਰ ਵੀਰ ਜੀ ਉਹਨਾਂ ਦੇ ਵਿੱਚੋਂ ਇੱਕ ਰਿੰਗ ਦੇ ਵਿੱਚ ਲਾਈਨ ਲਗਾਈ ਜਾਂਦੀ ਆ ਔਰ ਉਹਦੇ ਵਿੱਚੋਂ ਜੋ ਚੰਗੇ ਚੰਗੇ ਪਸ਼ੂ ਹੁੰਦੇ ਨੇ ਉਹ ਪਹਿਲੇ ਰਾਊਂਡ ਦੇ ਵਿੱਚੋਂ ਕੱਢੇ ਜਾਂਦੇ ਨੇ ਔਰ ਉਸ ਤੋਂ ਬਾਅਦ ਸਟਾਰਟ ਹੋ ਜਾਂਦਾ ਦੂਜਾ ਰਾਊਂਡ। ਉਹ ਦੂਜੇ ਰਾਊਂਡ ਦੇ ਵਿੱਚੋਂ ਜੋ ਚੰਗੇ ਚੰਗੇ ਬੱਕਰੇ ਹੁੰਦੇ ਨੇ ਉਹ ਤੀਜੇ ਰਾਊਂਡ ਵਿੱਚ ਜਾਂਦੇ ਨੇ ਔਰ ਜੋ ਮਾੜੇ ਪਸ਼ੂ ਹੁੰਦੇ ਨੇ ਉਹ ਬਾਹਰ ਕੱਢੇ ਦਿੰਦੇ ਨੇ। ਉਸ ਤੋਂ ਬਾਅਦ ਹੁੰਦਾ ਤੀਜਾ ਰਾਊਂਡ। ਤੀਜੇ ਰਾਊਂਡ ਦੇ ਵਿੱਚ ਜਦੋਂ ਥੋੜ੍ਹੇ ਪਸ਼ੂ ਵੱਜ ਜਾਂਦੇ ਨੇ 7 ਬੱਕਰੇ 8 ਬੱਕਰੇ ਵੱਜ ਜਾਂਦੇ ਨੇ ਤਾਂ ਉਹਨਾਂ ਵਿੱਚੋਂ ਚੌਥਾ ਰਾਊਂਡ ਦਾ ਤਾਂ ਉਹਦੇ ਵਿੱਚੋਂ 3-4 ਬੱਕਰੇ ਫਿਰ ਕੱਢੇ ਜਾਂਦੇ ਨੇ ਤਾਂ 4 ਬੱਕਰੇ ਬਾਕੀ ਵੱਜਦੇ ਨੇ। ਔਰ ਫਿਰ ਜਦੋਂ ਚੌਥਾ ਰਾਊਂਡ ਹੁੰਦਾ ਚੌਥੇ ਰਾਊਂਡ ਦੇ ਵਿੱਚ ਵੀਰ ਜੀ ਉਹਦੇ ਵਿੱਚੋਂ 2 ਬੱਕਰੇ ਕੱਢੇ ਜਾਂਦੇ ਨੇ ਔਰ ਫਿਰ ਉਹ ਲਾਸਟ ਰਾਊਂਡ ਹੋ ਜਾਂਦਾ ਜਿਹਨੂੰ ਕਹਿੰਦੇ ਨੇ ਫਾਈਨਲ ਰਾਊਂਡ। ਉਹ ਫਾਈਨਲ ਰਾਊਂਡ ਦੇ ਵਿੱਚੋਂ 2 ਬੱਕਰੇ ਵੱਜ ਜਾਂਦੇ ਨੇ ਜੋ ਕਿ ਦੋਨਾਂ ਨੂੰ ਫਿਰ ਚੈਕਿੰਗ ਕੀਤੀ ਜਾਂਦੀ ਆ। ਬੱਕਰਿਆਂ ਦੀ ਤੋਰਾ ਦੇਖਿਆ ਜਾਂਦਾ ਔਰ ਬੱਕਰਿਆਂ ਦੇ ਕੰਨ ਦੇਖੇ ਜਾਂਦੇ ਨੇ ਔਰ ਮੂੰਹ ਦੇਖਿਆ ਜਾਂਦਾ ਔਰ ਬੱਕਰਿਆਂ ਦੇ ਸਿੰਘ ਦੇਖੇ ਜਾਂਦੇ ਨੇ। ਔਰ ਜੋ ਉਹ ਦੋਨਾਂ ਵਿੱਚੋਂ ਇੱਕ ਫਸਟ ਆਉਂਦਾ ਜੋ ਪਹਿਲੇ ਨੰਬਰ 'ਤੇ ਹੁੰਦਾ ਔਰ ਇੱਕ ਸੈਕਿੰਡ ਹੁੰਦਾ ਵੀਰ ਜੀ। ਔਰ ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਬੱਕਰਿਆਂ ਦੇ ਜੋ ਟੈਸਟੀਕਲ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪਤਾਲੂ ਬੋਲਦੇ ਨੇ ਉਹ ਪਤਾਲੂ ਚੈੱਕ ਕੀਤੇ ਜਾਂਦੇ ਨੇ ਔਰ ਬੱਕਰੇ ਦੀ ਚਮੜੀ ਚੈੱਕ ਕੀਤੀ ਜਾਂਦੀ ਆ, ਉਹ ਕੰਨ ਚੈੱਕ ਕੀਤੇ ਨੇ ਔਰ ਸਿੰਘ ਚੈੱਕ ਕੀਤੇ ਨੇ। ਇਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਹੁਣ ਆਪਾਂ ਇਹ ਕੰਪੀਟੀਸ਼ਨ ਦੇਖ ਰਹੇ ਹਾਂ ਇਹਦੇ ਵਿੱਚ ਇਹ ਕੰਪੀਟੀਸ਼ਨ ਦੇ ਵਿੱਚ ਵੀਰ ਜੀ ਦੰਦ ਦੇ ਹਿਸਾਬ ਨਾਲ ਵੀ 2 ਦੰਦ ਤੋਂ ਉੱਪਰ ਦੇ ਕੰਪੀਟੀਸ਼ਨ ਦਾ ਕੰਪੀਟੀਸ਼ਨ ਹੈ ਵੀਰ ਜੀ ਇਹ। ਔਰ ਜੋ ਇਹ ਕੰਪੀਟੀਸ਼ਨ ਹੋਇਆ ਤਾਂ ਬਹੁਤ ਵਧੀਆ ਕੰਪੀਟੀਸ਼ਨ ਹੋਇਆ ਔਰ ਬਹੁਤ ਮੇਲਾ ਭਰਿਆ ਔਰ ਬਹੁਤ ਹੀ ਆਨੰਦਦਾਇਕ ਉਰੇ ਪਸ਼ੂ ਆਏ ਸੀ, ਬਹੁਤ ਸੋਹਣੇ ਜਾਨਵਰ ਆਏ ਸੀ ਔਰ ਬਹੁਤ ਦੇਖਣ ਨੂੰ ਮਿਲਿਆ ਵੀਰ ਜੀ। ਔਰ ਅਸੀਂ ਸਾਰੇ ਵੀਰਾਂ ਨੂੰ ਇਹੀ ਚਾਹੁੰਦੇ ਹਾਂ ਕਿ ਇਹੋ ਜਿਹੇ ਮੇਲਿਆਂ 'ਤੇ ਜਾਓ ਔਰ ਬੱਕਰੀਆਂ ਬਾਰੇ ਪਸ਼ੂਆਂ ਬਾਰੇ ਜਾਣਕਾਰੀ ਲਓ ਔਰ ਇਹ ਕੰਮ ਬਹੁਤ ਹੀ ਲਾਭਦਾਇਕ ਕੰਮ ਆ। ਔਰ ਜੋ ਬੱਕਰਿਆਂ ਦਾ ਕੰਮ ਆ ਇਹਦੇ ਵਿੱਚ ਪਹਿਲਾਂ ਕੀ ਸੀ, ਲੋਕ ਇੱਜੜ ਰੱਖਦੇ ਸੀ, ਲੋਕ ਇੱਜੜ ਰੱਖਦੇ, ਹੁਣ ਇਹ ਬੱਕਰੇ ਆਪਾਂ ਘਰ ਦੇ ਵਿੱਚ ਫਾਰਮ ਬਣਾ ਕੇ ਵੀ ਇਹਨਾਂ ਨੂੰ ਪਾ ਸਕਦੇ ਹਾਂ ਔਰ ਬਹੁਤ ਹੀ ਘੱਟ ਖਰਚੇ ਵਿੱਚ ਔਰ ਬਹੁਤ ਹੀ ਲਾਭਦਾਇਕ ਕੰਮ ਆ ਵੀਰੇ। ਮੈਂ ਚਾਹੁੰਦਾ ਸਾਰੇ ਵੀਰ ਇਹੀ ਅਪਣਾਉਣ ਤਾਂ ਬਹੁਤ ਵਧੀਆ ਰਹੇਗਾ। ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਸਾਡੀ ਬਹੁਤ ਵਧੀਆ ਲੱਗੀ ਹੋਵੇ ਔਰ ਇਹੋ ਜਿਹੀ ਵੀਡੀਓ ਹੋਰ ਦੇਖਣਾ ਚਾਹੁੰਦੇ ਵੀਰ, ਇਹੋ ਜਿਹੇ ਮੇਲਿਆਂ 'ਤੇ ਹੋਰ ਦੀ ਵੀਡੀਓ ਚਾਹੀਦੀ ਆ ਔਰ ਹੋਰ ਪਸ਼ੂਆਂ ਦੀ ਵੀਡੀਓ ਚਾਹੀਦੀ ਆ ਤਾਂ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਉੱਤਰ ਲਾਈਕ ਵੀ ਕਰ ਦਿਓ ਔਰ ਸ਼ੇਅਰ ਵੀ ਜ਼ਰੂਰ ਕਰ ਦਿਓ। ਅਸੀਂ ਇਹੋ ਜਿਹੇ ਵੀਡੀਓ ਡੇਲੀ ਪਾਉਂਦੇ ਰਹਿੰਦੇ ਹਾਂ ਔਰ ਛੱਡ ਲਵੇ ਸੇਲਜ਼ ਲਈ ਵੀ ਮਾਲ ਹੁੰਦਾ ਔਰ ਉਹਨਾਂ ਦੀ ਵੀਡੀਓ ਵੀ ਪਾਉਂਦੇ ਰਹਿੰਦੇ ਹਾਂ। ਇਸ ਵਿੱਚੋਂ ਬਲੈਕ ਬੱਕਰਾ ਸਾਹਿਬ ਫਸਟ ਔਰ ਇੱਕ ਦੂਸਰਾ ਬੱਕਰਾ ਬਲੈਕ ਹੋਰ ਆ ਉਹਦੀ ਸੈਕਿੰਡ। ਇਨਸ਼ਾਅੱਲਾ ਅਸੀਂ ਥੋੜ੍ਹੇ ਟਾਈਮ ਵਿੱਚ ਉਹ ਫੋਟੋ ਜ਼ਰੂਰ ਪਾਵਾਂਗੇ, ਹਜੇ ਤੱਕ ਉਹਦੀਆਂ ਫੋਟੋ ਸ਼ੂਟਿੰਗ ਕੀਤੀਆਂ ਗਈਆਂ ਔਰ ਉੱਥੇ ਥੋੜ੍ਹਾ ਜਿਹਾ ਇਨਸ਼ਾਅੱਲਾ ਅਸੀਂ ਜ਼ਰੂਰ ਤੁਹਾਨੂੰ ਉਹਨਾਂ ਦੀ ਫੋਟੋਆਂ ਸ਼ੋਅ ਕਰਵਾਵਾਂਗੇ ਅਗਲੇ ਵੀਡੀਓ ਤੋਂ ਵਿੱਚ। ਜੇ ਕੋਈ ਗਲਤੀ ਹੋ ਗਈ ਤਾਂ ਮਾਫ਼ ਕਰਿਓ ਵੀਰੇ, ਠੀਕ ਹੈ ਨਾ। ਔਰ ਚੈਨਲ ਨੂੰ ਯਾਦ ਨਾਲ ਜ਼ਰੂਰ ਸਬਸਕ੍ਰਾਈਬ ਕਰੋ ਔਰ ਲਾਈਕ ਕਮੈਂਟ ਜ਼ਰੂਰ ਕਰੋ, ਠੀਕ ਹੈ ਨਾ ਵੀਰ ਜੀ। ਸਾਡਾ ਨੰਬਰ ਜ਼ਰੂਰ ਡਿਸਕ੍ਰਿਪਸ਼ਨ 'ਚ ਦਿੱਤਾ ਜਾਊਗਾ ਵੀਰ ਜੀ, ਠੀਕ ਹੈ ਨਾ। ਧੰਨਵਾਦ, ਥੈਂਕਸ, ਵੈਲਕਮ ਟੂ ਯੂ।